सरदार साहब वाहेगुरु जी का खालसा। सतगुरु जी का खालसा वाहेगुरु जी की फतह। सरदार तेंद्रपाल सिंह जी, अक्सर ही असि पंजाब तो खबर की शुरुआत करते हैं तो होनी भी चाहिए क्योंकि असि इतों के वसनीक हाँ। एक अज असी विदेश तो खबर की शुरुआत कर लें। सिंगापुर तो खबर है जी, उतों के उप प्रधानमंत्री ने उन्होंने नाव है जी के लारेंस वोंग। उन्होंने उत्थे दे सिंगापुर के सिख भाईचारे की बहुत तारीफ की है। अक्सर ही इस तरह तारीफा सुन मिलदियां ने इंग्लैंड तो भी, अमेरिका कैनेडा तो भी, वक् वक्रे देशों तो ये तारीफा चंगिया भी लगदियां ने, पर सानू उस दौर दे विच इन्हां तारीफा दे वल जरा ज़्यादा गौर करना बनता, तुहाडे तो तबसरा सुनना बनता जो कुछ एंटी सिख मीडिया एक खास तरह की पिक्चर बनाने ते तुलिया होवे ते सानू ये जिहड़ा सिंगापुर के उप प्रधानमंत्री ने शब्द कहे ने एक किस संदर्भ च कहे ने ये दस्सो। सरदार प्रदीप सिंह जी, समूह श्रोतियां दे स्वागत नाल मैं गल तुहाडे सवाल दे जवाब विच इत्थों शुरू करना चाहुंदा कि सिंगापुर नाम ही सिंघां तों ही बनिया। मैं उन्हां दे बकायदा म्यूजियम विच, नैशनल म्यूजियम विच गया। नैशनल म्यूजियम विच जाके उत्थों दे जिहड़े क्यूरेटर सी उन्हां नाल मैं गलबात कीती ਤੇ ਉਹ ਮੈਨੂੰ ਉਸ ਗੈਲਰੀ ਚ ਲੈ ਕੇ ਗਏ ਜਿਹੜੀ ਗੈਲਰੀ ਉਹਨਾਂ ਨੇ ਸਿੰਗਾਪੁਰ ਦੀਪ ਕਿਵੇਂ ਲੱਭਿਆ, ਕੀ ਹੋਇਆ ਤੇ ਕਿਵੇਂ ਨਾ ਪਿਆ ਉਸ ਦੀ ਮੈਨੂੰ ਵਿਆਖਿਆ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਕੋਈ ਤੁਹਾਡੇ ਵਰਗਾ, ਮਤਲਬ ਮੇਰੇ ਵਰਗਾ ਕੇਸਾ ਧਾਰੀ ਵਿਅਕਤੀ ਹੀ ਇੱਥੇ ਸਫਲ ਆਇਆ ਸੀ ਤੇ ਉਹਨੂੰ ਸ਼ੇਰ ਦੇ ਰੂਪ ਵਿੱਚ ਜਾਣ ਕੇ ਇਸ ਦੀਪ ਦਾ ਨਾਂ ਉਦੋਂ ਉਹਨੇ ਕਰ ਦਿੱਤਾ ਲੋਕਾਂ ਨੂੰ, ਲੋਕਲ ਵਸਨੀਕਾਂ ਵਿੱਚ ਸਿੰਘਾਂ ਦੇ ਤੌਰ 'ਤੇ ਸਿੰਗਾਪੁਰ ਬਣ ਗਿਆ। ਇੱਕ ਲੰਬੀ ਕਹਾਣੀ ਉਹਨੇ ਮੈਨੂੰ ਸੁਣਾਈ ਸੀ, ਮੈਂ ਉਹ ਦਰਸ਼ਕਾਂ ਤੱਕ ਨਹੀਂ ਲੈ ਜਾਣਾ ਚਾਹੁੰਦਾ, ਪਰ ਉਹਨਾਂ ਦੇ ਜਿਹੜੇ ਵੀ ਸਿੰਗਾਪੁਰ ਦੀ ਯਾਤਰਾ 'ਤੇ ਜਾਣ, ਉਹਨਾਂ ਦਾ ਨੈਸ਼ਨਲ ਮਿਊਜ਼ੀਅਮ ਜ਼ਰੂਰ ਦੇਖਣ, ਨੈਸ਼ਨਲ ਮਿਊਜ਼ੀਅਮ ਵਿੱਚੋਂ ਗੈਲਰੀ ਜ਼ਰੂਰ ਦੇਖਣ। ਸਿੰਗਾਪੁਰ ਵਿੱਚ ਦੋ ਗੈਲਰੀਆਂ ਜ਼ਰੂਰ ਦੇਖਣ ਲਾਇਕ ਨੇ ਸਿੰਘਾਂ ਦੇ ਮੁਤਲਕ। ਪਹਿਲੀ ਗੈਲਰੀ ਇਹੀ ਹੈ ਕਿ ਉਹਨਾਂ ਦਾ ਨਾਮਕਰਨ ਕਿਵੇਂ ਪਿਆ। ਦੂਸਰੀ ਗੈਲਰੀ ਹੈਗੀ ਹੈ ਮਹਾਰਾਜਾ ਮਹਾਰਾਜ ਸਿੰਘ ਜੀ ਬਾਰੇ, ਭਾਈ ਮਹਾਰਾਜ ਸਿੰਘ ਜੀ ਬਾਰੇ ਜਿਹੜੇ ਸਿੰਗਾਪੁਰ ਵਿੱਚ ਸ਼ਹੀਦੀ ਹਾਸਲ ਕਰ ਗਏ ਸਿੱਖ ਸੋਵਰਨਿਟੀ ਲਈ। ਤੀਸਰੀ ਉੱਥੇ ਕਬਰਸਤਾਨ ਜ਼ਰੂਰ ਜਾਣ, ਚੀਨੀਆਂ ਦੇ ਜਿੱਥੇ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਲੋਕਲ ਪੁਰਾਤਨ ਜਿੰਨੇ ਵੀ ਉਹਨਾਂ ਦੇ ਪੁਰਖੇ ਸੀ ਉਹਨਾਂ ਦੀਆਂ ਕਬਰਾਂ ਬਣੀਆਂ ਨੇ, ਉਹਨਾਂ ਦੀਆਂ ਕਬਰਾਂ ਦੇ ਨਾਲ ਉਹਨਾਂ ਨੇ ਪੂਰੇ ਸਿੰਘਾਂ ਵਰਗੇ ਵੇਸ਼ਭੂਸ਼ਾ ਧਾਰੀ ਅਤੇ ਦਸਤਾਰਧਾਰੀ ਅਤੇ ਸ਼ਸਤਰਧਾਰੀ ਵਿਅਕਤੀ ਨਾਲ ਖੜ੍ਹੇ ਕੀਤੇ ਹੋਏ ਨੇ। ਮਤਲਬ ਇਹ ਇੱਕ ਸੰਪੂਰਨ ਕਹਾਣੀ ਹੈ ਸਿੰਗਾਪੁਰ ਦੀ। ਅਤੇ ਤੀਜਾ ਉੱਥੇ ਜ਼ਰੂਰ ਜਾਣ ਕਬਰਸਤਾਨ ਵਿੱਚ, ਉੱਥੇ ਜਾ ਕੇ ਪਤਾ ਚੱਲਦਾ ਕਿ ਸਿੰਘਾਂ ਦੀ ਸਿੰਗਾਪੁਰ ਵਿੱਚ ਕੀ ਮਹੱਤਤਾ ਸੀ, ਉਹਨਾਂ ਦੇ ਪੁਰਖਿਆਂ ਵਿੱਚ ਕੀ ਮਹੱਤਤਾ ਸੀ। ਜਿਹੜੀ ਗੱਲ ਮੈਂ ਕਹਿ ਰਿਹਾ ਕਿ ਸਿੰਗਾਪੁਰ ਦਾ ਨਾਂ ਸਿੰਘ ਤੋਂ ਰੱਖਿਆ ਗਿਆ। ਉੱਥੇ ਤੁਸੀਂ ਜਾਂਦੇ ਹੋ ਅਤੇ ਕਿਸੇ ਉਹ ਵਿਅਕਤੀ ਦੇ ਸਟੇਟਸ ਦੇ ਹਿਸਾਬ ਨਾਲ ਕਿਤੇ ਕਿਸੇ ਨਾਲ ਤਿੰਨ ਸਿੰਘ ਖੜੇ ਨੇ, ਕਿਸੇ ਨਾਲ ਪੰਜ ਸਿੰਘ ਖੜੇ ਨੇ, ਕਿਸੇ ਨਾਲ ਸੱਤ ਸਿੰਘ ਖੜੇ ਨੇ, ਪਰ ਬਕਾਇਦਾ ਸ਼ਸਤਰਧਾਰੀ ਸਿੰਘ ਉਹ ਖੜੇ ਕਰਦੇ ਨੇ। ਉਹ ਜਿਸ ਵੇਲੇ ਮੈਂ ਜਿਹੜਾ ਕਬਰਸਤਾਨ ਦਾ ਰੱਖ ਰਖਾਵ ਵਾਲਾ ਸੀ, ਮੈਂ ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਮੈਨੂੰ ਇਹਦੀ ਵਿਆਖਿਆ ਤਾਂ ਨਹੀਂ ਪਤਾ ਜੀ। ਉਹਨੇ ਮੈਨੂੰ ਐਸੋਸੀਏਸ਼ਨ ਦੇ ਸੈਕਟਰੀ ਦਾ ਨੰਬਰ ਦਿੱਤਾ, ਮੈਂ ਉਹਨਾਂ ਨੂੰ ਮਿਲਣ ਗਿਆ ਅਤੇ ਉਹਨਾਂ ਨੇ ਜੋ ਮੈਨੂੰ ਦੱਸਿਆ ਮੇਰੇ, ਮਤਲਬ ਕਹਿ ਲਓ ਰੋਂਗਟੇ ਨਹੀਂ, ਹੋਸ਼ ਹੀ ਉੱਡ ਗਏ ਜੀ। ਰੋਂਗਟੇ ਖੜ੍ਹੇ ਹੋਣ ਵਾਲੀ ਤਾਂ ਗੱਲ ਫਿਰ ਵੀ ਵੱਖਰੀ ਹੈ ਜੀ। ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਡਾ, ਤੁਹਾਡੇ ਨੇਸ਼ਨ ਦਾ ਅਤੇ ਤੁਹਾਡੀ ਨਸਲ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਹਾਂ ਅਤੇ ਅਸੀਂ ਤਾਂ ਤੁਹਾਨੂੰ ਮਤਲਬ ਆਪਣੇ ਰੱਖਿਅਕ ਔਰ ਆਪਣੇ ਗੁਰੂ ਰੱਖਿਅਕ ਵਜੋਂ ਮੰਨਦੇ ਹਾਂ ਅਤੇ ਇਸੇ ਲਈ ਆਪਣੇ ਪੂਰਵਜਾਂ ਦੇ ਮਰਨ ਤੋਂ ਬਾਅਦ ਵੀ ਅਸੀਂ ਸਿੰਘਾਂ ਦੀਆਂ ਉੱਥੇ ਨਾਲ ਮੂਰਤੀਆਂ ਸਥਾਪਿਤ ਕਰਦੇ ਹਾਂ ਤਾਂ ਜੋ ਅਸੀਂ ਨਿਸ਼ਚਿੰਤ ਰਹੀਏ ਕਿ ਬਈ ਸਾਡੇ ਪੂਰਵਜਾਂ ਦਾ ਵੀ ਰੱਖਿਆ ਹਾਲੇ ਤੱਕ ਸਿੰਘ ਕਰ ਰਹੇ ਨੇ ਅਤੇ ਸਾਡੀ ਵੀ ਰੱਖਿਆ ਸਿੰਘ ਕਰ ਰਹੇ ਨੇ। ਇਹ ਜੇ ਇੱਕ ਸਿੰਗਾਪੁਰ ਦਾ ਮੈਂ ਛੋਟਾ ਜਿਹਾ ਤੁਹਾਨੂੰ
इतिहास दस्या। उसे सिंगापुर दे जिस वेले अपना उप प्रधानमंत्री लॉरेंस वोंग जी उतों दी अपना सिख सलाहकार बोर्ड उत्थे बनिया होया उहदी 75वीं वरेगंढ दे पोच ते मतलब डिनर समागम ते जिस वेले जांदे ने ते उत्थे ਉਹ ਜਿਹੜੇ ਸ਼ਬਦ ਬੋਲਦੇ ਨੇ ਮੈਂ ਉਹ ਸ਼ਬਦ ਤੁਹਾਨੂੰ ਉਹਦਾ ਪੰਜਾਬੀ ਚ ਤਰਜਮਾ ਹੂ ਬਹੂ ਸੁਣਾ ਦਿੰਦਾ ਉਸ ਤੋਂ ਬਾਅਦ ਤੁਹਾਡੇ ਅਗਲੇ ਸਵਾਲ ਵੱਲ ਜਾਵਾਂਗਾ। ਉਹਨਾਂ ਨੇ ਇਕੱਠ ਨੂੰ ਕਿਹਾ ਤੁਸੀਂ ਸਾਰਿਆਂ ਨੇ ਆਪੋ ਆਪਣੇ ਕਿੱਤਿਆਂ ਵਿੱਚ ਇੱਕ ਇੱਕ ਲਫ਼ਜ਼ ਸਮਝਣ ਵਾਲਾ ਜੀ ਤੁਸੀਂ ਸਾਰਿਆਂ ਨੇ ਆਪੋ ਆਪਣੇ ਕਿੱਤਿਆਂ ਵਿੱਚ ਆਪਣੇ ਆਪ ਨੂੰ ਸਾਬਤ ਕੀਤਾ ਹੈ। ਇਸਦਾ ਮਤਲਬ ਹੈ ਕਿ ਹਰ ਸਿੱਖ ਨੇ ਜਿਹੜਾ ਵੀ ਸਿੱਖ ਸਿੰਗਾਪੁਰ ਵਿੱਚ ਕੰਮ ਕਰ ਰਿਹਾ ਹੈ ਉਹਨੇ ਆਪਣੇ ਆਪਣੇ ਹੁਨਰ ਮੰਦੀ ਦੀ ਸ਼ਿਖਰ ਪੋਜੀਸ਼ਨ ਹਾਸਲ ਕਰਕੇ ਉਹਦੇ 'ਚ ਨਿਪੁੰਨਤਾ ਸਾਬਤ ਕੀਤੀ ਹੈ ਕਿ ਤੁਸੀਂ ਸੰਪੂਰਨ ਅਤੇ ਵੱਖ ਵੱਖ ਖੇਤਰਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਅਤੇ ਇਸ ਢੰਗ ਨਾਲ ਤੁਸੀਂ ਸਿੰਗਾਪੁਰ ਦੇ ਵੱਖੋ ਵੱਖ ਖੇਤਰਾਂ ਵਿੱਚ ਜਿੰਨੇ ਵੀ ਐਡਮਿਨਿਸਟ੍ਰੇਟਿਵ ਆਰਥਿਕ ਸਿਆਸੀ ਪੱਖ ਨੇ ਉਹਨਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਸਭ ਤੋਂ ਵੱਡੀ ਗੱਲ ਇਹ ਹੈ ਹੁਣ ਇਹ ਗੱਲ ਤੇ ਘੱਟੋ ਘੱਟ ਪੰਜਾਬ ਦੇ ਆਵਾਮ ਨੂੰ ਅਤੇ ਪੰਜਾਬ ਦੇ ਨੌਜਵਾਨ ਨੂੰ ਗੌਰ ਕਰਨਾ ਚਾਹੀਦਾ, ਖਾਸ ਤੌਰ 'ਤੇ ਉਸ ਨੌਜਵਾਨ ਨੂੰ ਗੌਰ ਕਰਨਾ ਚਾਹੀਦਾ ਜਿਹੜਾ ਨੌਜਵਾਨ ਕੇਸਾਂ ਮਹੀਨ ਹੋਈ ਜਾਂਦਾ ਅਤੇ ਦਸਤਾਰਾਂ ਲਾਈ ਜਾਂਦਾ। ਉਹਨਾਂ ਨੂੰ ਖਾਸ ਤੌਰ 'ਤੇ ਧਿਆਨ ਦੇਣਾ ਚਾਹੀਦਾ ਕਿ ਸਿੰਗਾਪੁਰ ਦਾ ਪ੍ਰਧਾਨ ਉਪ ਪ੍ਰਧਾਨ ਮੰਤਰੀ ਕੀ ਕਹਿ ਰਿਹਾ। ਉਹ ਕਹਿ ਰਿਹਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖਾਂ ਨੇ ਸਿੰਗਾਪੁਰ ਵਿੱਚ ਆਪਣੇ ਸੱਭਿਆਚਾਰ, ਆਪਣੇ ਧਰਮ ਅਤੇ ਆਪਣੀ ਵੱਖਰੀ ਪਛਾਣ ਨੂੰ ਕਾਇਮ ਰੱਖਦੇ ਹੋਏ ਇਹ ਸਾਰੀਆਂ ਪ੍ਰਾਪਤੀਆਂ ਕੀਤੀਆਂ ਨੇ। ਕਿੰਨੀ ਵੱਡੀ ਗੱਲ ਆ ਜੀ। ਇੱਕ ਉਪ ਪ੍ਰਧਾਨ ਮੰਤਰੀ ਇੱਕ ਦੇਸ਼ ਦਾ ਜਿਸ ਦਾ ਪਿਛੋਕੜ ਚੀਨ ਨਾਲ ਜੁੜਦਾ ਹੈ, ਚੀਨ ਦੀ ਨੇਸ਼ਨ ਨਾਲ ਉੱਥੋਂ ਦੀ ਨਸਲ ਨਾਲ ਜੁੜੇ ਹੋਏ ਪ੍ਰਧਾਨ ਮੰਤਰੀ ਸ਼੍ਰੀਮਾਨ ਵੋਂਗ ਜੀ ਇਹ ਕਹਿ ਰਹੇ ਨੇ ਕਿ ਸਿੰਗਾਪੁਰ ਵਿੱਚ ਸਿੱਖਾਂ ਨੇ ਆਪਣੀ ਅਡਰੀ ਹਸਤੀ ਕਾਇਮ ਰੱਖੀ ਹੈ, ਅਡਰੀ ਪਹਿਚਾਣ ਕਾਇਮ ਰੱਖੀ ਹੈ, ਵਿਲੱਖਣ ਧਰਮ ਦੀ ਅਡਰੀ ਅਤੇ ਵਿਲੱਖਣਤਾ ਕਾਇਮ ਰੱਖੀ ਹੈ ਅਤੇ ਆਪਣੀ ਅਡਰੀ ਵਿਲੱਖਣ ਅਤੇ ਸੁਤੰਤਰ ਮਤਲਬ ਸੋਵਰਨ ਆਈਡੈਂਟੀਟੀ ਵੀ ਕਾਇਮ ਰੱਖੀ ਹੈ ਔਰ ਉਹ ਉਸਦਾ ਸਤਿਕਾਰ ਕਰਦੇ ਨੇ। ਕਿੰਨੀ ਵੱਡੀ ਗੱਲ ਹੈ ਜੀ। ਸਾਡਾ ਨੌਜਵਾਨ ਜਿਹੜਾ ਵਿਦੇਸ਼ ਵਿੱਚ ਪੈਰ ਧਰਦਾ ਅਤੇ ਸਭ ਤੋਂ ਪਹਿਲਾਂ ਸਿਰ ਤੋਂ ਦਸਤਾਰ ਲਾਉਂਦਾ ਫਿਰ ਨਾਈ ਦੀ ਦੁਕਾਨ 'ਤੇ ਜਾ ਕੇ ਬਹਿ ਜਾਂਦਾ, ਉਹਨਾਂ ਸਾਰਿਆਂ ਦੇ ਮੂੰਹ ਤੇ ਚਪੇੜ ਮਾਰੀ ਹੈ ਵੋਂਗ ਨੇ। ਜੇ ਅਸੀਂ ਸਿੱਧੇ ਲਫ਼ਜ਼ਾਂ ਵਿੱਚ ਗੱਲ ਕਰੀਏ ਤਾਂ ਕਹਿ ਰਿਹਾ ਕਿ ਸਿੰਗਾਪੁਰ ਵਿੱਚ ਦਸਤਾਰਧਾਰੀ ਸਾਬਤ ਸੂਰਤ ਸਿੱਖਾਂ ਨੇ ਸਿੰਗਾਪੁਰ ਦੀ ਆਰਥਿਕਤਾ ਵਿੱਚ ਔਰ ਹਰ ਪੱਖ ਵਿੱਚ ਆਪਣੇ ਆਪ ਨੂੰ ਸਿਖਰਲੀ ਨਿਪੁੰਨਤਾ ਵਿੱਚ ਸਾਬਤ ਕਰਕੇ ਯੋਗਦਾਨ ਪਾਇਆ ਅਤੇ ਯੋਗਦਾਨ ਪਾਉਂਦੇ ਹੋਏ ਆਪਣੇ ਧਰਮ ਦੀ ਆਈਡੈਂਟੀਟੀ ਅਤੇ ਸੋਵਰਨਿਟੀ ਨੂੰ ਕਾਇਮ ਰੱਖਿਆ ਅਤੇ ਆਪਣੀ ਦਿੱਖ ਨੂੰ ਵੀ ਕਾਇਮ ਰੱਖਿਆ। ਇਹ ਜੇ ਇਸ ਦਾ ਸੰਪੂਰਨ ਹੁਣ ਇਹੀ ਗੱਲ ਆਪਣਾ ਕੈਨੇਡਾ ਵਿੱਚ ਵੀ ਕਹਿੰਦੇ ਨੇ, ਇਹੀ ਗੱਲ ਅਮਰੀਕਾ ਵਿੱਚ ਵੀ ਕਹਿੰਦੇ ਨੇ, ਇੰਗਲੈਂਡ ਵਾਲੇ ਇਸ ਗੱਲ ਨੂੰ ਜਰਕਦੇ ਨੇ ਕਹਿਣ ਤੋਂ, ਪਰ ਯੂਰੋਪੀਅਨ ਸਮੁਦਾਇ ਇਸ ਗੱਲ ਨੂੰ ਕਹਿੰਦਾ, ਅਫਰੀਕਨ ਵੀ ਇਸ ਗੱਲ ਨੂੰ ਕਹਿੰਦੇ ਨੇ ਕਿਉਂਕਿ ਅਫਰੀਕਾ ਵਿੱਚ ਸਿੰਘਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ। ਅਤੇ ਜਿਸ ਵੇਲੇ ਫਰਾਂਸ ਵਿੱਚ ਫਰਾਂਸ ਵਾਲੇ ਵੀ ਮੰਨਦੇ ਨੇ, ਇਟਲੀ ਵਾਲੇ ਵੀ, ਜਰਮਨ ਵਾਲੇ ਵੀ ਨੇ, ਕਿਉਂਕਿ ਅੱਧੇ ਤੋਂ ਜ਼ਿਆਦਾ ਯੂਰੋਪ ਨੂੰ ਕੇਸਾਧਾਰੀ ਸਿੱਖਾਂ ਨੇ ਹੀ ਆਜ਼ਾਦ ਕਰਵਾਇਆ। ਇਹ ਗੱਲ ਅਸੀਂ ਆਪਣੀ ਹਿਸਟਰੀ ਅਸੀਂ ਭੁੱਲ ਗਏ, ਅਸੀਂ ਆਪਣੀ ਹਿਸਟਰੀ ਲੋਕਾਂ ਨੂੰ ਦੱਸ ਹੀ ਨਹੀਂ ਸਕੇ। ਅਤੇ ਜਿਸ ਵੇਲੇ ਐਤਕੀ ਫਰਾਂਸ ਨੇ ਵਰਲਡ ਵਾਰ ਦੇ ਸਮਾਗਮ ਰਚਿਆ ਅਤੇ ਸਾਡੀ ਸਰਕਾਰ ਨੇ ਕੀ ਕੀਤਾ, ਉੱਥੇ ਕੇਸਾਧਾਰੀ ਸਿੱਖ ਨਹੀਂ ਭੇਜੇ, ਪੰਜਾਬੀ ਭੇਜੇ, ਮੁੰਨੇ ਹੋਏ ਮੁੰਨੇ ਬੰਦੇ ਭੇਜੇ, ਤਾਂ ਜੋ ਫਰਾਂਸੀਸੀ ਅਤੇ ਯੂਰੋਪੀਅਨ
ਉਲਝ ਜਾਣ ਕੇ ਸਿੱਖ ਕੇਸਾਂ ਧਾਰੀ ਹੁੰਦੇ ਨੇ। ਉਹਨਾਂ ਨੇ ਸਿੱਖ ਬਟਾਲੀਅਨ, ਉਹ ਫਰਾਂਸ ਨੇ ਸਿੱਖ ਬਟਾਲੀਅਨ ਮੰਗੀ ਸੀ, ਇਹਨਾਂ ਨੇ ਉਹ ਭੇਜੇ। ਇਹ ਵਿਤਕਰੇ, ਇਹ ਭੇਦਭਾਵ, ਇਹ ਜਿਹੜਾ ਧਰਮ ਦੀ ਆਈਡੈਂਟੀ ਨੂੰ ਸੈਪਰੇਟ ਸੋਵਰਨਿਟੀ ਨੂੰ ਖਤਮ ਕਰਨ ਦਾ ਬ੍ਰਾਹਮਣੀਕਲ ਏਜੰਡਾ ਚੱਲ ਰਿਹਾ, ਉਸ ਬ੍ਰਾਹਮਣੀਕਲ ਏਜੰਡੇ ਨੂੰ ਪੰਜਾਬ ਦਾ ਨੌਜਵਾਨ ਪੂਰਾ ਕਰਵਾ ਰਿਹਾ। ਚੰਦਰਪਾਲ ਸਿੰਘ ਜੀ, ਇੱਕ ਮੈਂ ਨੁਕਤਾ ਇਸ ਸਵਾਲ ਦੇ ਨਾਲ ਹੋਰ ਜੋੜ ਲਵਾਂ। ਅਸੀਂ ਬਹੁਤ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਦੀ ਗੱਲ ਕਰਦੇ ਹਾਂ, ਆਪਣੇ ਦੇਸ਼ ਦੀ ਸਰਕਾਰ ਦੀ ਵੀ ਗੱਲ ਕਰਦੇ ਹਾਂ। ਸਾਡੇ ਨਾਲ ਕੋਈ ਉਹਨਾਂ ਦੀ ਬਹੁਤੀ ਇੰਨੇ ਵਿਚਾਰਧਾਰਕ ਮਤਭੇਦ ਨਹੀਂ ਹੈਗੇ ਜਿੰਨੇ ਕਿ ਉਛਾਲ ਦਿੱਤੇ ਜਾਂਦੇ ਨੇ। ਬਾਕੀ ਦੇਸ਼ਾਂ ਦੇ ਵਿੱਚ ਵੀ ਮੀਡੀਆ ਹੈਗਾ ਸੰਸਾਰ ਪੱਧਰ 'ਤੇ, ਬੜਾ ਬੜਾ ਕਮਾਲ ਦਾ ਮੀਡੀਆ ਜੀ, ਉਹਨਾਂ ਨੇ ਬੜੀਆਂ ਉਹਨਾਂ ਦੀਆਂ ਸਟੋਰੀਜ਼ ਬੜੀਆਂ ਕਮਾਲ ਦੀਆਂ ਹੁੰਦੀਆਂ, ਪਰ ਉਹ ਇਸ ਤਰੀਕੇ ਦੀ, ਹੁਣ ਸਿੰਗਾਪੁਰ 'ਚ ਵੀ ਮੀਡੀਆ ਹੈਗਾ, ਪਰ ਜਿਸ ਤਰੀਕੇ ਨਾਲ ਇੱਕ ਖਾਸ ਤਰ੍ਹਾਂ ਦਾ ਮੀਡੀਆ ਸਿੱਖਾਂ ਦੀ ਦਿੱਖ ਵਿਗਾੜਦਾ, ਉਹ ਖਾਸ ਕਰਕੇ ਸਾਡੇ ਦੇਸ਼ 'ਚ ਸਾਡੀ ਦਿੱਖ ਨੂੰ ਵਿਗਾੜਨ ਦੇ ਯਤਨ ਕਰਦਾ। ਬਾਕੀ ਦੇਸ਼ਾਂ ਦੀਆਂ ਸਰਕਾਰਾਂ ਇਸ ਤਰ੍ਹਾਂ ਦਾ ਆਪਣੇ ਮੀਡੀਆ ਨੂੰ ਕਦੇ ਖੁੱਲ੍ਹ ਨਹੀਂ ਦਿੰਦੀਆਂ ਕਿ ਤੁਸੀਂ ਕਿਸੇ ਦੀ ਲੁੱਕ ਨੂੰ, ਕਿਸੇ ਦੀ ਤਬੀਅਤ ਨੂੰ ਡਿਸਟਰਬ ਕਰੋ। ਕਿਉਂਕਿ ਸਾਡੇ ਇੱਥੇ ਲੁਕਵੇਂ ਤੌਰ 'ਤੇ ਮਨੂਵਾਦੀ ਬ੍ਰਾਹਮਣੀਕਲ ਏਜੰਡਾ ਚੱਲ ਰਿਹਾ ਜੀ, ਅਤੇ ਮਨੂਵਾਦ ਅਤੇ ਬ੍ਰਾਹਮਣਵਾਦ ਸਿੱਖਾਂ ਦਾ ਮੁੱਢ ਕਦੀਮ ਤੋਂ ਹੀ ਵੈਰੀ ਹੈ। ਬ੍ਰਾਹਮਣਵਾਦ ਤਾਂ ਪੰਜਾਬ ਦੀ ਧਰਤੀ ਦਾ ਹੜੱਪਾ ਮੋਹਨਜੋਦੜੋ ਦੀ ਸਭਿਅਤਾ ਤੋਂ ਹੀ ਵੈਰੀ ਹੈ ਜੀ। ਸਾਡਾ ਪੰਜਾਬੀ ਯੂਨੀਵਰਸਿਟੀ ਨੇ, ਪੰਜਾਬ ਯੂਨੀਵਰਸਿਟੀ ਨੇ, ਗੁਰੂ ਨਾਨਕ ਯੂਨੀਵਰਸਿਟੀ ਨੇ, ਕਿਸੇ ਵੀ ਸਾਡੀ ਯੂਨੀਵਰਸਿਟੀ ਵੀ ਨੇ ਉਸ ਪੱਧਰ 'ਤੇ ਅੱਜ ਤੱਕ ਕੋਈ ਥੀਸਿਸ ਹੀ ਨਹੀਂ ਤਿਆਰ ਕਰਵਾਇਆ। ਡਰਦੇ ਨਹੀਂ, ਕਿਉਂਕਿ ਸਾਰੇ UGC ਨਾਲ ਜੁੜੇ ਹੋਏ ਨੇ, ਸੈਂਟਰ ਨਾਲ ਜੁੜੇ ਹੋਏ ਨੇ। ਅਤੇ ਜਿਹੜੀ ਵਿੱਦਿਆ ਪੱਖੋਂ ਵੀ ਸਾਡੀ ਗੁਲਾਮੀ ਆ ਗਈ, ਬੌਧਿਕ ਪੱਖੋਂ ਵੀ ਗੁਲਾਮੀ ਆ ਗਈ, ਮਾਨਸਿਕ ਪੱਖੋਂ ਵੀ ਗੁਲਾਮੀ ਆ ਗਈ, ਇਹ ਸੋਚ ਪੱਖੋਂ ਵੀ ਗੁਲਾਮੀ ਆ ਗਈ, ਤਾਂ ਅਸੀਂ ਤਾਂ ਜ਼ਮੀਰ ਤੋਂ ਹੀ ਮਰੇ ਪਏ ਹਾਂ, ਉਹਨੇ ਸਾਨੂੰ ਮਾਰਤਾ। ਅਤੇ ਸਾਡੇ ਮੁਲਕ ਵਿੱਚ ਸਿੱਖਾਂ ਦਾ ਵਿਰੋਧ ਇਸ ਲਈ ਹੈਗਾ ਕਿਉਂਕਿ ਮਨੂਵਾਦ ਅਤੇ ਬ੍ਰਾਹਮਣਵਾਦ ਸਿੱਖ ਧਰਮ ਦੇ ਅਸੂਲਾਂ ਨੂੰ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਅਕਸੈਪਟ ਹੀ ਨਹੀਂ ਕਰਦਾ। ਗੁਰੂ ਗ੍ਰੰਥ ਸਾਹਿਬ ਜੀ 'ਚ ਸਭ ਤੋਂ ਜ਼ਿਆਦਾ ਬ੍ਰਾਹਮਣਵਾਦ ਨੂੰ ਭੰਡਿਆ ਗਿਆ, ਮਨੂ ਨੂੰ ਭੰਡਿਆ ਗਿਆ, ਅਤੇ ਮਨੂ ਔਰ ਬ੍ਰਾਹਮਣ ਨੇ ਪੰਜਾਬ ਵਿੱਚ ਹੀ ਇਹ ਸਾਜਿਸ਼ ਰਚ ਦਿੱਤੀ ਕਿ ਜਿਸ ਮਨੂ ਔਰ ਬ੍ਰਾਹਮਣ ਦੇ ਖਿਲਾਫ ਸ਼ੂਦਰਾਂ ਅਤੇ ਸ਼ੂਦਰਾਂ ਤੋਂ ਵੀ ਨੀਵਿਆਂ ਆਜ਼ਾਦਾਂ ਲਈ ਸਿੱਖ ਧਰਮ ਖੜਾ ਕੀਤਾ ਗਿਆ ਸੀ, ਉਹਨਾਂ ਨੂੰ ਹੀ ਉਹਨਾਂ ਨੇ ਸਿੱਖ ਧਰਮ ਦੇ ਅੰਗੇਜ਼ ਖੜਾ ਕਰ ਦਿੱਤਾ ਅਤੇ ਫਿਰ ਜਾਤੀਵਾਦ ਵਿੱਚ ਪਾ ਦਿੱਤਾ। ਇਹ ਅੰਬੇਡਕਰ ਨੇ ਕੰਮ ਕੀਤਾ, ਗਾਂਧੀ ਦੇ ਕਹਿਣ 'ਤੇ ਕੀਤਾ, ਗਾਂਧੀ ਨਾਲ ਰਲ ਕੇ ਕੀਤਾ। ਅਤੇ ਸਾਡੇ ਮੁਲਕ ਵਿੱਚ ਹੁਣੇ ਤੱਕ ਇੱਕੋ ਗੁੱਝਾ ਏਜੰਡਾ ਚੱਲ ਰਿਹਾ ਕਿ ਕਿਸੇ ਨਾ ਕਿਸੇ ਢੰਗ ਨਾਲ ਸਿੱਖਾਂ ਨੂੰ, ਜੋ ਸੰਵਿਧਾਨਕ ਤੌਰ 'ਤੇ ਹਿੰਦੂਆਂ ਦੀ ਇੱਕ ਸ਼ਾਖਾ ਮੰਨਿਆ ਗਿਆ, ਇਹਨਾਂ ਨੂੰ ਹਿੰਦੂ ਜਜ਼ਬ ਕਰ ਲਿਆ ਜਾਏ, ਹਿੰਦੂਆਂ 'ਚ ਜਜ਼ਬ ਕਰ ਲਿਆ ਜਾਏ। ਇਹ ਵਿਰੋਧ ਚੱਲ ਰਿਹਾ ਅਤੇ ਇਹ ਹੋਣ ਦੀ ਲੜਾਈ ਸਿੱਖ ਕੌਮ ਅਤੇ ਖਾਲਸਾ ਪੰਥ ਭਾਰਤ ਵਿੱਚ ਆਪਣੀ ਲੜਦਾ ਪਿਆ। ਹੋਰ ਮੁਲਕਾਂ 'ਚ ਉਹਨੂੰ ਇਹ ਲੜਾਈ ਲੜਨ ਦੀ ਲੋੜ ਨਹੀਂ ਪੈਂਦੀ।